ਹਾਂਜੀ ਮਿੱਤਰੋ ਕੀ ਹਾਲ ਚਾਲ, ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ। ਆਹ ਗੱਡੀ ਦਾ ਤਾਂ ਤੁਹਾਨੂੰ ਪਤਾ ਹੀ ਆ ਜਿਹਦੀ ਆ, ਆ ਜਾਓ ਤੁਹਾਨੂੰ ਇੱਕ ਹੋਰ ਗੱਡੀ ਦਿਖਾਈਏ। ਆਹ ਗੱਡੀ ਪਛਾਣੋ ਅਤੇ ਕਮੈਂਟਾਂ 'ਚ ਦੱਸਿਓ ਕਿਹਦੀ ਗੱਡੀ ਆ। ਇਹਦਾ ਨੰਬਰ ਦੇ ਲਓ 80-55 ਅਤੇ ਇਹ ਗੱਡੀ ਜ਼ਰੂਰ ਜਿਹਦੀ ਆਹ ਗੱਡੀ ਆ ਉਹਦੀ ਆਹ ਗੱਡੀ ਆ ਉਹਦੀ। ਹੁਣ ਤੁਸੀਂ ਇਹ ਦੱਸਣਾ ਕਮੈਂਟਾਂ 'ਚ ਇਹ ਗੱਡੀ ਕਿਹਦੀ ਆ, ਅਤੇ ਇਹ ਗੱਡੀ ਲੱਗੀ ਆ ਆਪਣੇ ਘਰ ਦੇ ਬਾਹਰ ਜਿੱਦਾਂ ਆਪਣੀ ਗੱਡੀ ਲੱਗੀ ਆ, ਜਾਂ ਪਿੱਛੇ ਦੇਖੋ ਡੈਕੋਰੇਸ਼ਨ ਵਗੈਰਾ ਹੋਈ। ਆ ਜਾਓ ਫਿਰ ਅੱਗੇ ਜਾਂਦੇ ਹਾਂ।
ਬਹੁਤ ਬਹੁਤ ਵਧਾਈਆਂ ਸਾਡੇ ਗੋਪੀ ਭਰਾ ਨੂੰ। ਗੋਪੀ ਕੱਲ ਨੂੰ ਲਾਂਭਾ ਨਹੀਂ ਦੇਊਗਾ, ਜਿੰਨਾ ਦੇਖ ਲਓ ਹਲੇ ਮੈਨੂੰ ਲੱਗਦਾ ਅਖਾੜਾ ਸ਼ੁਰੂ ਕਰਨਾ ਕਿ ਜਿੰਨੇ ਕਲਾਕਾਰ ਆਏ ਹੋਏ ਨੇ ਸਾਰਿਆਂ ਨੇ ਗਾਉਣਾ, ਉਦੋਂ ਪਹਿਲਾਂ ਚਾਚੇ ਵਰਗੇ ਮੁੜਕੋ ਮੁੜਕੀ ਹੋਏ ਖੜੇ ਨੇ ਸਾਰੇ, ਤੇ ਗੋਪੀ ਕੱਲ ਨੂੰ ਲਾਂਭਾ ਨਹੀਂ ਦੇਊਗਾ ਭਾਈ। ਮੇਰੇ ਵਿਆਹ ਦਾ ਚਾਅ ਨਹੀਂ ਸੀ ਕਿਸੇ ਨੂੰ, ਹਨਾ ਨਹੀਂ ਸਾਨੂੰ ਵਿਆਹਾਂ ਤੇ ਬੁਲਾਉਣਾ ਪੈਂਦਾ ਇਕੱਲੇ ਇਕੱਲੇ ਨੂੰ, ਸਾਨੂੰ ਕਹਿਣਾ ਪੈਂਦਾ ਆ ਜਾਓ ਭਾਈ ਜਿਹਨੂੰ ਜਿਹਨੂੰ ਚਾਹ ਨੱਚ ਦਵਾ ਕੇ। ਤੇ ਅੱਜ ਤੁਸੀਂ ਕਲਾਕਾਰਾਂ ਨੂੰ ਬੁਲਾਇਆ ਵੀ ਸਾਨੂੰ ਗੋਡੇ ਗੋਡੇ ਚਾਹ, ਸਾਊਂਡ ਵਾਲੇ ਭਰਾ ਨੂੰ ਬੇਨਤੀ ਹੈ ਡੱਗਾ ਖੋਲ ਦੇ ਢੋਲ ਦਾ ਵੀਰ ਬਣ ਕੇ। ਤੇ ਗੁਰਜੀਵਨ ਸਾਹਿਬ ਆ ਜਾਓ ਸਟੇਜ ਤੇ, ਆ ਜਾਓ ਆ ਜਾਓ। ਮੇਰੇ ਛੋਟੇ ਭਾਈ ਨੇ ਮੇਰੇ ਦਿਲ ਦੇ ਬਹੁਤ ਨੇੜੇ ਨੇ, ਇਕੱਲੇ ਇਕੱਲੇ ਜਾਣੇ ਤੋਂ ਆਪਾਂ ਸੁਣਾਂਗੇ ਅੱਜ। ਪਵਿੱਤਰ ਬੱਲ ਸਾਡਾ ਭਰਾ ਬਹੁਤ ਕਮਾਲ ਦਾ ਗਾਉਂਦਾ ਲਿਖਦਾ ਬਹੁਤ ਕਮਾਲ ਆ, ਤੇ ਇਹਦਾ ਵੀ ਅੱਜ ਆਪਾਂ ਅੱਜ ਪਹਿਲੀ ਵਾਰੀ ਭਰਾ ਨੇ ਗਾਉਣਾ ਤੇ ਸਾਰਿਆਂ ਨੇ ਰਾਜਮਾ ਪਿਆਰ ਦੇਣਾ, ਇਸ ਚੀਜ਼ ਦੀ ਮੈਂ ਤੁਹਾਡੇ ਤੋਂ ਗੁਜ਼ਾਰਿਸ਼ ਕਰੂੰਗਾ ਸਾਰਿਆਂ ਤੋਂ। ਸਾਡਾ ਭਰਾ ਪਵਿੱਤਰ ਬੱਲ ਤੇ ਇੱਕ ਸ਼ੇਰਾ ਔਲਖ, ਸੋ ਸਾਡਾ ਔਲਖ ਭਰਾ ਤੇ ਸ਼ੇਰੇ ਭਾਈ ਆ ਜਾਓ ਸਟੇਜ ਤੇ, ਆ ਜਾਓ ਅੱਜ ਤੁਹਾਨੂੰ ਸੁਣਨਾ ਚਾਹੁੰਦੇ ਨੇ ਲੋਕ, ਆ ਜਾਓ ਪਲੀਜ਼ ਆ ਜਾਓ ਮੇਰਾ ਭਰਾ। ਤੇ ਇੱਕ ਗਾਣਾ ਇਹਨਾਂ ਸਾਰਿਆਂ ਲਈ ਗਾਉਣਾ ਮੈਂ, ਅਸੀਂ ਯਾਰੀਆਂ ਕਮਾਉਣ ਵਾਲੇ ਜੱਟਾਂ ਸਾਥੋਂ ਨਹੀਂ ਕਮਾਈਆਂ ਹੋਣੀਆਂ, ਕਿਉਂਕਿ ਸੱਚੀ ਮੈਨੂੰ ਲੱਗਦਾ ਵੀ ਜੇ ਗੱਲ ਹੁੰਦੀ ਆ ਯਾਰੀਆਂ ਦੀ ਤਾਂ ਗੀਤ MP3 ਦੀ ਟੀਮ ਦੀ ਗੱਲ ਹੁੰਦੀ ਆ। ਉਹ ਸਾਡਾ KB ਸਾਂਝ ਜੱਟ ਖੜਾ ਬੈਠਾ ਸਾਡਾ ਭਰਾ, ਸੋ ਨਾਲ ਸਾਡੇ ਬਾਕੀ ਭਰਾ ਬੈਠੇ ਨੇ ਸਾਰੇ, ਵਰਕਾਰ ਭਾਈ ਵਰਗੇ ਹੋਰ ਸਾਰੇ ਸਾਰੇ ਜਾਣੇ ਗੀਤ MP3 ਦੇ ਨਾਂ ਤੇ ਤਾੜੀਆਂ ਲਾ ਦਿਓ, ਗੁਰੀ ਹੋਏ ਮਾਨਸ ਵਾਲਾ ਸਾਡਾ ਭਰਾ, ਕਿਉਂਕਿ ਠੀਕ ਆ ਕਿਉਂਕਿ ਇਹ ਹੁੰਦਾ ਵੀ ਇੰਡੀਵਿਜੁਅਲੀ ਇੱਕ ਮੁੰਡਾ ਤਰੱਕੀ ਕਰ ਜਾਂਦਾ, ਦੋ ਮੁੰਡੇ ਤਰੱਕੀ ਕਰ ਜਾਂਦੇ ਨੇ, ਪਰ ਦੇਖੋ ਗੀਤ MP3 ਉਹ ਟੀਮ ਆ ਮੈਨੂੰ ਲੱਗਦਾ ਵੀ ਜਿਹਦੇ ਸਾਰੇ ਨੌਜਵਾਨ ਹੀ ਤਰੱਕੀ ਕਰ ਗਏ ਆਪਦੇ ਆਪਦੇ ਖੇਤਰ ਦੇ ਵਿੱਚ। ਸੋ ਸਾਰੇ ਜਣੇ ਤਾੜੀਆਂ ਲਾ ਦਿਓ ਖੁੱਲ ਕੇ ਇੱਕ ਵਾਰੀ। ਸੋ KB ਸਾਡਾ ਭਰਾ ਗੁਰੀ, ਸਾਰਿਆਂ ਨੂੰ ਮੈਂ ਬਲਕਾਰ ਭਾਈ ਆ ਜਾਓ ਸਟੇਜ ਤੇ ਇੱਕ ਵਾਰੀ ਸਾਰੇ ਜਾਣੇ, ਸਾਡਾ ਸਾਰਾ ਪਰਿਵਾਰ ਭਤੀਜੇ ਸਾਡੇ ਦੋਵੇਂ ਮੁਸਾਹਿਬ, ਸਾਡਾ ਸਰੀਲਾ ਭਰਾ ਮੁਸਾਹਿਬ, ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ। ਰੈਬ ਸਾਡਾ ਭਰਾ ਸੱਤੀ ਢਿੱਲੋਂ, ਬਹੁਤ ਮਕਬੂਲ ਵੀਡੀਓ ਡਾਇਰੈਕਟਰ ਸਾਹਿਬ, ਸੋ ਇਹਨਾਂ ਨਾਲ ਵੀ ਇੱਕ ਦੋ ਵਾਰੀ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਸੋ ਬਹੁਤ ਮੈਂ ਸੁਭਾਗਾ ਸਮਝਦਾ। ਆ ਜਾਓ ਸੱਤੀ ਭਾਈ ਸਾਰੇ ਜਾਣੇ ਆ ਜਾਓ ਸਟੇਜ ਤੇ ਪਲੀਜ਼, ਵੱਡੇ ਵੱਡੇ ਨਾਂ ਵੱਡੀਆਂ ਵੱਡੀਆਂ ਹਸਤੀਆਂ ਸਾਰੇ। ਹਿਮਾਂਸ਼ੂ ਸਾਡਾ ਭਰਾ ਲੁਧਿਆਣੇ ਤੋਂ ਆਇਆ ਲਵਲੀ, ਤੇ ਜਿਹਦਾ ਮੈਂ ਨਾਲ ਲਈ ਜਾਵਾਂ ਥੋੜ੍ਹਾ ਹੀ ਆ, ਸੋ ਆਪਾਂ ਦੇ ਨਜ਼ਾਰੇ ਲਈ ਜਾਵਾਂਗੇ। ਤੇ ਤਾਏ ਹੋਣੀ ਕਿੱਥੇ ਨੇ? ਤਾਇਆ ਜੀ, ਤਾਇਆ ਜੀ ਆ ਜਾਓ, ਤੁਸੀਂ ਵੀ ਪਰਿਵਾਰ ਹੀ ਹੋ ਸਾਡਾ, ਆ ਜਾਓ ਜੀ, ਆ ਜਾਓ ਪਲੀਜ਼ ਸਟੇਜ ਤੇ ਆ ਜਾਓ। ਗੁਰਜੀਵਨ ਨਿਆਣੇ ਤਾਂ ਸਾਰੇ ਸਟੇਜ 'ਤੇ ਰਿਹਾ ਕਰੋ, ਆ ਜਾਓ ਯਾਰ, ਤੁਹਾਡੇ ਨਾਲ ਨਜ਼ਾਰਾ ਆਉਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਤੇ ਗੋਪੀ ਕਿੱਥੇ ਆ? ਗੋਪੀ, ਅੱਛਾ ਅੱਛਾ, ਬਹੁਤ ਬਹੁਤ ਮੁਬਾਰਕਾਂ ਡਾਰਲਿੰਗ, ਹੁਣ ਤਾਂ ਨਹੀਂ ਨਰਵਸ ਹੈਗਾ, ਖੁਸ਼ ਹੈ ਨਾ ਪੂਰਾ? ਗੋਪੀ ਦੇ ਨਾਂ ਤੇ ਤਾੜੀ ਲਾ ਦੋ ਸਾਰਿਆਂ ਨੂੰ। ਹੈਲੋ ਭਾਈ ਜਾਨ, ਉਧਰ ਜਿੰਨੇ ਵੀ ਸਾਡੇ ਬੇਟੇ ਆ ਘਰੀ ਦਾ, ਹੈਲੋ ਕਰ ਦੋ ਇਧਰ। ਬੜੇ ਚਿਰ ਬਾਅਦ ਅੱਜ ਮੈਂ ਗਾਉਣ ਲੱਗਾ ਵਾਂ, ਕਿਹੜਾ ਗਾਣਾ ਸੁਣਨਾ ਦੱਸੋ ਇੱਕ ਮਿੰਟ। ਗੋਲਡ ਦਾ ਕੋਕਾ ਇੱਕ ਵੇ, ਇੱਕ ਪਾਣੀ ਦਾ ਏ ਜੋੜਾ ਕੁਮਾਰੀਆਂ ਦਾ, ਜਦੋਂ ਕੀਤਾ ਦਿਨ ਦਿੱਤੇ ਲੈ ਕਿਤੇ ਦਿਵੇ ਕੋਈ ਮਸਲਾ ਨੀ ਜੱਟਾ ਕਾਰੀਆਂ ਦਾ।
ਪਈਆਂ ਜੀਨਾ ਤੇਰੀ ਵੇ ਰੱਖ ਪੱਲੇ ਦਾ ਸੀਨਾ ਵੇ ਦੁਖਾ ਕੇ ਲੈਂਦੇ ਫੁਲਕਾਰੀ ਜੱਟੀ ਨੂੰ ਆਜੋ ਮਿਲਣ ਬੁਕਲੀ ਜੱਟਾ ਮਾਰ ਕੇ ਲੈਂਦੇ ਫੁਲਕਾਰੀ ਜੱਟੀ ਨੂੰ ਆਜੋ ਮਿਲਣ ਬੁਕਲੀ ਜੱਟਾ ਮਾਰ ਕੇ ਹੋ
सीने अगर दुपट्टा तेरा You know.
ਆਰਮ ਯਾਰ ਅੱਜ ਹਮ ਮੱਕ ਗਈ ਫੀਮ ਡੱਬੀ ਚੋਂ ਯਾਰ ਅੱਜ ਕੋਈ ਅਮਲੀ ਦਾ ਡੰਗ ਸਾਰੋ ਹਮ ਮੱਕ ਗਈ ਫੀਮ ਡੱਬੀ ਚੋਂ ਯਾਰ ਅੱਜ ਕੋਈ ਅਮਲੀ ਦਾ ਡੰਗ ਸਾਰੋ
ਲੱਗਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ
ਕਾਸ਼ ਤੂੰ ਜਿਗਰੇ ਤੇਰੇ ਡਰਦੇ ਕਿਉਂ ਨਹੀਂ ਸ਼ੱਕੋ ਸ਼ੁਬਾ ਕਰਦੇ ਕਿਉਂ ਨਹੀਂ ਸਾਡੇ ਕੋਲੋਂ ਹੀ ਨੀ ਸਦਾ ਮੋੜਦੀ ਹੱਸੇ ਕਿ ਸਾਨੂੰ ਨਹੀਂ ਪਤਾ ਇਹ ਰਾਹ ਜਾਂਦੇ ਕਿਹੜੇ ਪਾਸੇ ਤੇਰੇ ਤੇ ਡੋਰੀਆਂ ਨੀ ਮੇਰੀ ਨਾਦਾਨ ਜੀ ਮੈਂ
ਨੀਲੀਆਂ ਨਸ਼ੀਲੀਆਂ ਬੱਲਾਂ ਵੀ ਅੱਖਾਂ ਤੇਰੀਆਂ ਨੀ ਮਾਰੇ ਲਿਸ਼ਕਾਰੇ ਤੇਰਾ ਰੂਪ ਬਖਦਾ ਨੀ ਤੂੰ ਜੂਣ ਜੋਗਾ ਛੱਡਿਆ ਨੀ ਪੁੱਤ ਜੱਟਦਾ ਨੀ ਤੂੰ ਜੂਣ ਜੋਗਾ ਛੱਡਿਆ ਨੀ ਪੁੱਤ ਜੱਟਦਾ ਨੀ ਤੂੰ ਜੂਣ ਜੋਗਾ ਛੱਡਿਆ ਨੀ ਪੁੱਤ ਜੱਟਦਾ ਕਸੂਰ ਰੱਬ ਦਿੱਤਾ ਮੈਨੂੰ ਨੂਰ ਮੇਰਾ ਕੀ ਕਸੂਰ ਰੱਬ ਦਿੱਤਾ ਮੈਨੂੰ ਨੂਰ ਜੇ ਮੈਂ ਦਿਸਾਂ ਨਾ ਤਾਂ ਚੰਨਾ ਤੇਰਾ ਦਿਲ ਕੱਟਦਾ ਫੇ ਕਹਿੰਦਾ ਜੂਣ ਜੋਗਾ ਛੱਡਿਆ ਨੀ ਪੁੱਤ ਜੱਟਦਾ ਕਹਿੰਦਾ ਜੂਣ ਜੋਗਾ ਛੱਡਿਆ ਨੀ ਫੇ ਕਹਿੰਦਾ ਜੂਣ ਜੋਗਾ ਛੱਡਿਆ ਨੀ ਪੁੱਤ ਜੱਟਦਾ ਮਤਲਬ ਦੁੱਖ
ਦਿੰਦੇ ਉੱਪਰੋਂ ਉਸਦੇ ਰਾਜ ਵੀ ਨਹੀਂ ਜੀਣ ਦਿੰਦੇ ਪਰ ਕੀ ਕਰੀਏ ਇੰਜ ਮੰਨਣਾ ਵੀ ਗੁਸਤਾਖੀਏ ਬੇਮਤਲਬ ਤੁਮ ਜਾਣਨਾ ਵੀ ਗੁਸਤਾਖੀਏ ਕਿਹੜਾ ਦਿਖਾਊਗਾ ਉਹ ਮੁਖੜਾ ਦਿਖਾਊਗਾ ਹਜ਼ਾਰੇ ਵਾਲਾ ਮੁੰਡਾ ਭੰਗੜੇ ਪਵਾਊਗਾ ਹਜ਼ਾਰੇ ਵਾਲਾ ਮੁੰਡਾ ਦੱਸੀ ਕਦੋਂ ਆਊਗਾ ਹਜ਼ਾਰੇ ਵਾਲਾ ਉਹਨਾਂ ਵਾਲੀ ਚੱਪਲੀ ਬਣਾ